हाँ जी, सत श्री अकाल जी सारे भैन भरावों, की हाल आ सारिआं दा। दोस्तों, जिहड़े इंग्लैंड दे वर्क परमिट चल रहे आ जां शुरू होण वाले आ, 40 तों 45 हज़ार इन्हां नूं बंदा चाहिए आ, ज़्यादा एग्रीकल्चर दे विच चाहिए आ। ते जां जिहड़े चल भी रहे आ पुराने एग्रीकल्चर दे, हो गए टेक अवे रेस्टोरेंट, किसी पब दे विच जां बिल्डर लैंड दे विच, जां तुसीं कोई स्पैशल किसी कंपनी दे विच जाणा आ, कोई भी वर्क परमिट चल रहा जां केयर होम दा या डोर टू डोर कोई भी वर्क परमिट चल रहा आ। देखो, मेरी तो पहली कोशिश यही आ कि तुसी अपना कोई फ्रेंड सर्कल, कोई रिश्तेदार, कोई यार दोस्त इत्थे लभो इस कंट्री च, ठीक है। ते जेड़ा तुहाडी हैल्प कर सकता आ, जे तुहाडे रिलेशन वधिया हैगे आ, जो तुहाडी हैल्प करता आ, ते फिर तुहानू बेनीफिट ये आ कि तुहानू किसी नू पैसे फड़ाउण दी जरूरत नहीं, ना तो लखा रुपया ला के आउण दी जरूरत है, ना किसी नू पैसे फड़ाउण दी जरूरत आ कि तुसीं किसी नू पैसे देते आ ते तुहानू डर आ। जो इत्थे दीआं फीसां आ, तुसीं उह फीसां ते ही बाहर आ सकदे आ, इत्थे दीआं नॉर्मल जो फीसां आ, जिस तरह इत्थे दी जदों केस अपलाई हुंदा आ, इत्थे दी जो फीस आ, ठीक आ, 1200-1250 pounds हुंदी आ। ਅਤੇ ਉਸ ਤੋਂ ਬਾਅਦ ਦਿੱਲੀ ਅੰਬੈਸੀ ਦੀ ਫੀਸ ਆ 60-65 ਹਜ਼ਾਰ ਰੁਪਈਆ, ਅਤੇ ਇੱਦਾਂ ਦੇ ਹੋਰ ਖਰਚੇ ਪਾ ਕੇ ਸਿਰਫ ਫੀਸਾਂ 'ਤੇ ਹੀ ਬਾਹਰ ਤੁਸੀਂ ਆ ਸਕਦੇ ਆ, ਕਿਸੇ ਨੂੰ ਲੱਖਾਂ ਰੁਪਈਆ ਦੇਣ ਦੀ ਜ਼ਰੂਰਤ ਨਹੀਂ। ਦੇਖੋ, ਹੁਣ ਅੰਬੈਸੀ ਨੇ 15 lakh, 20 lakh, or 25 lakh ਤਾਂ ਤੁਹਾਡੇ ਤੋਂ ਲੈਣਾ ਨਹੀਂ ਹੈਗਾ, ਉਹਨੇ ਤਾਂ ਆਪਣੀਆਂ ਫੀਸਾਂ ਲੈਣੀਆਂ, ਫੀਸਾਂ ਦੇ ਉੱਪਰ ਕੇਸ ਅਪਲਾਈ ਹੁੰਦਾ ਆ। ਅਤੇ ਜ਼ਿਆਦਾ ਜੇ ਤੁਹਾਡੇ ਇੱਧਰ ਕੋਈ ਸਰਕਲ ਹੈਗਾ ਆ, ਤੁਹਾਨੂੰ ਜਾਣ ਪਛਾਣ ਦੇ ਵਿੱਚ ਹੈਗੇ ਆ ਰਿਸ਼ਤੇਦਾਰ, ਅਤੇ ਉਹਨਾਂ ਨੂੰ ਉਹਨਾਂ 'ਤੇ ਥੋੜ੍ਹਾ ਜ਼ੋਰ ਪਾਵੋ, ਕਿਉਂਕਿ ਦੇਖੋ ਜਦੋਂ ਉਹ ਵੀ ਇੰਡੀਆ ਆਉਂਦੇ ਆ, ਤੁਸੀਂ ਉਹਨਾਂ ਨੂੰ ਸਾਂਭਦੇ ਆ, ਘੁਮਾਉਂਦੇ ਫਿਰਾਉਂਦੇ ਆ, ਉਹਨਾਂ 'ਤੇ ਪੈਸੇ ਖਰਚਦੇ ਆ, ਅਤੇ ਫਿਰ ਉਹਦੇ ਬਦਲੇ ਤੁਹਾਨੂੰ ਉਹ ਨਹੀਂ ਇੱਧਰ ਸੱਦ ਸਕਦੇ, ਜ਼ਰੂਰ ਸੱਦ ਸਕਦੇ ਆ, ਅਤੇ ਕਿਉਂ ਟਾਈਮ ਕੱਢਣਾ ਪੈਂਦਾ ਆ। ਇੱਕ ਤਾਂ ਬਹੁਤ ਲੋਕ ਸਮਝ ਲੈਂਦੇ, ਦੇਖੋ ਮੈਂ ਤਾਂ ਸਿੱਧੀ ਸੱਚੀ ਗੱਲਾਂ ਕਹਿੰਦਾ ਹੁੰਦਾ ਹਾਂ, ਅਤੇ ਮੈਂ ਮੂੰਹ 'ਤੇ ਮਾਰਦਾ ਹੁੰਦਾ ਗੱਲ। ਇੱਕ ਤਾਂ ਲੋਕ ਸਮਝ ਲੈਂਦੇ ਇੱਥੇ ਕਿ ਸਾਨੂੰ ਸਪੈਸ਼ਲ ਟਾਈਮ ਕੱਢਣਾ ਪੈਣਾ, ਕਿਹੜਾ ਆਪਣੀ ਦਿਹਾੜੀ ਤੋੜੂਗਾ। ਦੂਸਰੀ ਗੱਲ ਇਹ, ਇੱਥੇ ਲੋਕ ਸਮਝਦੇ ਆ ਕਿ ਸ਼ਾਇਦ ਸਾਡੇ 'ਤੇ ਆ ਕੇ ਕੋਈ ਬੋਝ ਨਾ ਬਣ ਜਾਵੇ, ਸਾਨੂੰ ਘਰ ਨਾ ਰੱਖਣਾ ਪਵੇ, ਸਾਨੂੰ ਕੰਮ 'ਤੇ ਲਵਾਉਣਾ ਪਊਗਾ, ਅਤੇ ਅਸੀਂ ਸਾਡੇ ਸਿਰ ਹੋਰ ਖਰਚਾ ਨਾ ਪੈ ਜਾਵੇ। ਇੰਗਲੈਂਡ ਦੇ ਵਿੱਚ ਤਾਂ ਔਲਰੇਡੀ ਮਹਿੰਗਾਈ ਬਹੁਤ ਜ਼ਿਆਦਾ ਆ, ਵੱਡੇ ਵੱਡਿਆਂ ਦੇ ਬਾਜੇ ਬੱਜੇ ਪਏ, ਇੰਗਲੈਂਡ ਦਾ ਜੋ ਬੁਰਾ ਹਾਲ ਹੈ ਇਸ ਟਾਈਮ 'ਤੇ। ਪਰ ਜੇ ਆਪਾਂ ਕਿਸੇ ਦੀ ਮਦਦ ਕਰਨੀ ਹੋਵੇ, ਕਿਸੇ ਨੂੰ ਹੈਲਪ ਕਰਨੀ ਹੋਵੇ, ਤਾਂ ਆਪਾਂ ਇਹ ਚੀਜ਼ਾਂ ਨੂੰ ਇਗਨੋਰ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਅਤੇ ਬਾਕੀ ਇਹ ਆ ਕਿ ਜੇ ਇਸ ਤਰ੍ਹਾਂ ਹੁੰਦਾ ਆ, ਤੁਹਾਡੀ ਕੋਈ ਹੈਲਪ ਕਰਨ ਨੂੰ ਤਿਆਰ ਹੁੰਦਾ, ਤਾਂ ਤੁਸੀਂ ਜੋ ਫੀਸਾਂ ਭਰ ਹੁੰਦੀਆਂ ਆ, ਤੁਸੀਂ ਗੂਗਲ 'ਤੇ ਜਾ ਕੇ ਔਨਲਾਈਨ ਵੀ ਚੈੱਕ ਕਰ ਸਕਦੇ ਆ ਕਿ ਹਰ ਇੱਕ ਵੀਜ਼ੇ ਦੀ ਕਿੰਨੀ ਫੀਸ ਆ, ਕਿੰਨਾ ਚਾਰਜਿਸ ਲੱਗਦਾ ਆ, ਅਤੇ ਕਿਸੇ ਨੂੰ ਪੈਸੇ ਦੇਣ ਦੀ ਜ਼ਰੂਰਤ ਹੀ ਨਹੀਂ ਹੈਗੀ। ਦੂਸਰੀ ਗੱਲ ਆ, ਫਿਰ ਬਹੁਤ ਲੋਕ ਡਰਦੇ ਆ ਕਿ ਸਾਨੂੰ ਤਾਂ ਕੋਈ ਜਾਣਦਾ ਨਹੀਂ, ਇੱਦਾਂ ਕਿੱਦਾਂ ਦੇ ਦਈਏ ਪੈਸੇ ਜਾਂ ਕਿੱਦਾਂ। ਦੇਖੋ, ਮੈਂ ਤਾਂ ਹੀ ਮੈਂ ਕਹਿੰਦਾ ਹਾਂ ਕਿ ਤੁਸੀਂ ਆਪਣੇ ਸਰਕਲ ਲੱਭ ਲਓ, ਜੇ ਸਾਡੀ ਹੈਲਪ ਚਾਹੀਦੀ ਆ, ਕਿੱਦਾਂ ਕਿੱਦਾਂ ਅਪਲਾਈ ਕਰਨਾ ਆ, ਕੀ ਡਾਕੂਮੈਂਟ ਚਾਹੀਦੇ ਆ, ਕਿੱਥੇ ਅਪਲਾਈ ਕਰਨਾ, ਅਸੀਂ ਹਰ ਇੱਕ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਹਾਂ, ਠੀਕ ਹੈ ਜੀ, ਤੁਹਾਨੂੰ ਪ੍ਰੋਪਰ ਜਾਣਕਾਰੀ ਦੇਣ ਨੂੰ ਤਿਆਰ ਹਾਂ। ਜੇ ਸਾਡੀ ਹੈਲਪ ਚਾਹੀਦੀ ਆ, ਸਾਡੇ ਤੋਂ ਕਰਾਉਣਾ ਹੈ ਅਪਲਾਈ, ਫਿਰ ਤੁਹਾਨੂੰ ਕਿਤੇ ਨਾ ਕਿਤੇ ਤਾਂ ਵਿਸ਼ਵਾਸ ਕਰਨਾ ਪੈਣਾ ਹੀ ਆ। ਇਹ ਵੀ ਨਹੀਂ ਹੈਗਾ ਕਿ ਆਪਾਂ ਅਪਲਾਈ ਵੀ ਕਰਨਾ ਆ ਅਤੇ ਵਿਸ਼ਵਾਸ ਵੀ ਨਹੀਂ ਕਰਨਾ, ਹੈ ਨਾ। ਅਤੇ ਜੇ ਤੁਸੀਂ ਬਿਲਕੁਲ ਹੀ ਨਹੀਂ ਕਰਨਾ, ਫਿਰ ਤੁਸੀਂ ਖੁਦ ਅਪਲਾਈ ਕਰ ਸਕਦੇ ਆ। ਮੈਂ ਫਿਰ ਵੀ ਹੈਲਪ ਕਰਨ ਨੂੰ ਤਿਆਰ ਹਾਂ, ਪ੍ਰੋਪਰ ਕੇਸ ਅਪਲਾਈ ਕਰਾ ਕੇ ਦੇਵਾਂਗੇ, ਕਿੱਦਾਂ ਕਿੱਦਾਂ ਅਪਲਾਈ ਹੋ, ਕਿਉਂਕਿ ਸਾਨੂੰ ਇੱਦਾਂ ਦਾ ਕੁਛ ਨਹੀਂ ਹੈਗਾ। ਸਾਨੂੰ ਤਾਂ ਇਹ ਆ ਕਿ ਜੋ ਗਰੀਬ ਭੈਣ ਭਰਾ ਆ, ਮਿਡਲ ਕਲਾਸ ਆ, ਅਤੇ ਜਿਹੜੇ ਅਰਬ ਕੰਟਰੀਆਂ ਜਾਂ ਕਿਤੇ ਹੋਰ ਜਾਂਦੇ ਆ, ਉਹ ਵੀ ਇੱਧਰ ਬਾਹਰ ਆ ਸਕਣ, ਆਪਣੇ ਸੁਪਨੇ ਪੂਰੇ ਕਰ ਸਕਣ। ਸਾਡੀ ਤਾਂ ਮੇਨ ਮਕਸਦ ਇਹ ਹੀ ਹੁੰਦਾ ਆ ਕਿ ਜਦ ਇੰਨੇ ਪੈਸਿਆਂ 'ਚ ਆ ਹੁੰਦਾ ਆ, ਤਾਂ ਕਿਉਂ ਨਹੀਂ ਆ ਸਕਦੇ। ਹਾਂ, ਇਹ ਚੀਜ਼ ਠੀਕ ਆ ਕਿ ਹਜੇ ਲੋਕਾਂ ਦੇ ਦਿਮਾਗ 'ਚ ਬੜਿਆ ਆ 20-25 lakh, 20-25 lakh, ਉਹ ਟਾਈਮ ਲੱਗਣਾ ਆ ਨਿਕਲਣ ਨੂੰ, ਅਤੇ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ, ਲੋਕਾਂ ਨੂੰ ਸਮਝਾ ਰਹੇ ਹਾਂ। ਜਿਹੜੀ ਨਵੀਂ ਯੂਥ ਹੈ, ਗੂਗਲ 'ਤੇ ਆ ਕੇ ਸਰਚ ਵੀ ਕਰ ਰਹੀ ਆ, ਉਹਨਾਂ ਨੂੰ ਪਤਾ ਵੀ ਲੱਗ ਰਿਹਾ ਇਹ ਗੱਲ ਸੱਚ ਆ, ਕਿਉਂਕਿ ਪੁਰਾਣੇ ਬਜ਼ੁਰਗਾਂ ਦੇ ਤਾਂ ਦਿਮਾਗ 'ਚ ਚੀਜ਼ ਬੜੀ ਆ ਕਿ ਇੰਨਾ ਪੈਸਾ ਹੀ ਲੱਗਦਾ, ਉਦਾਂ ਬੰਦਾ ਬਾਹਰ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈਗਾ। ਉਹਨੀ ਵੀ ਏਜੰਟਾਂ ਤੋਂ ਬਾਹਰ ਜਾ ਕੇ ਕਦੀ ਕੁਛ ਦੇਖਿਆ ਹੀ ਨਹੀਂ ਹੈਗੀ, ਹੈ ਨਾ ਦੁਨੀਆ, ਅਤੇ ਇਸ ਕਰਕੇ ਉਹ ਚੀਜ਼ ਦਿਮਾਗ 'ਚ ਬੈਠ ਜਾਂਦੀ ਆ। ਬਾਕੀ ਜੇ ਤੁਹਾਡੇ ਰਿਸ਼ਤੇਦਾਰ ਅਪਲਾਈ ਨਹੀਂ ਕਰ ਸਕਦੇ, ਤੁਹਾਡੀ ਇੰਨੀ ਕੁ ਤਾਂ ਹੈਲਪ ਕਰ ਸਕਦੇ ਆ ਕਿ ਕਿੱਦਾਂ ਤੁਸੀਂ ਅਪਲਾਈ ਕਰਨਾ ਆ, ਅਤੇ ਕਿੰਨੇ ਪੈਸੇ ਲੱਗਦੇ ਆ,
ਅਤੇ ਉਹ ਤਾਂ ਤੁਹਾਨੂੰ ਉਹ ਦੱਸ ਹੀ ਸਕਦੇ ਆ, ਸਾਰਾ ਕੁਝ ਸਰਚ ਕਰਕੇ ਇੰਨੀ ਵੀ ਹੈਲਪ ਕਰ ਸਕਦੇ ਆ। ਅਤੇ ਬਾਕੀ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਅਤੇ ਕਿੱਦਾਂ ਦੀ ਵੀ ਹੈਲਪ ਚਾਹੀਦੀ ਹੈ ਅਤੇ ਸਾਨੂੰ ਇੰਸਟਾ 'ਤੇ ਮੈਸੇਜ ਕਰ ਸਕਦੇ ਆ। ਮੇਰੀ ਜਿਹੜੀ ਪੁਰਾਣੀ ਇੰਸਟਾਗ੍ਰਾਮ ਆ ਚੀਮਾ ਜੂਕੇ ਪੰਜਾਬੀ, ਉਹ ਹਜੇ ਚੱਲੀ ਨਹੀਂ, ਕੋਸ਼ਿਸ਼ ਕਰ ਰਹੇ ਹਾਂ ਕਿ 2-4 ਦਿਨ 'ਚ ਚੱਲ ਪਵੇ। ਅਤੇ ਜਿਹੜੀ ਨਵੀਂ ਆ ਚੀਮਾ ਟਿਪਸ ਬਲੌਗ, ਉਹਦੇ ਉੱਪਰ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਮੈਸੇਜ ਕਰਨਾ ਤਾਂ ਕਰ ਸਕਦੇ ਹਾਂ, ਠੀਕ ਹੈ ਜੀ। ਅਤੇ ਬਾਕੀ ਜਿੱਦਾਂ ਹੀ 40,000-45,000 ਜਿਹੜੀ ਉਹ ਕੈਟਾਗਰੀ ਆ ਉਹ ਵੀਜ਼ੇ ਓਪਨ ਹੋਣਗੇ ਅਤੇ ਨਾਲ ਹੀ ਮੈਂ ਵੀਡੀਓ ਪਾ ਦੂੰਗਾ। ਹਜੇ ਓਪਨ ਨਹੀਂ ਹੋਏ, ਕਿਸੇ ਨੂੰ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈਗੀ। ਇੱਕ ਮੁੰਡੇ ਦਾ ਮੈਨੂੰ ਫੋਨ ਆਇਆ ਸੀਗਾ ਕਿ ਅਸੀਂ ਕਿਸੇ ਨੂੰ 5 ਲੱਖ ਐਡਵਾਂਸ ਦਿੱਤਾ ਆ ਕਿ ਉਹ ਕਹਿੰਦਾ ਸੀ ਉਹ ਵੀਜ਼ੇ ਓਪਨ ਹੋ ਗਏ। ਬਸ ਤੁਹਾਡੇ ਮੇਰੇ ਹੱਥ ਜੋੜ ਕੇ ਬੇਨਤੀ ਆ, ਹਜੇ ਉਹ 40-45,000 ਜਿਹੜੀ ਕੈਟਾਗਰੀ 'ਚ ਇਹਨਾਂ ਨੂੰ ਬੰਦੇ ਚਾਹੀਦੇ ਆ, ਹਜੇ ਕੋਈ ਵੀਜ਼ਾ ਓਪਨ ਨਹੀਂ ਹੋਇਆ, ਹਜੇ ਤਾਂ ਅਸੀਂ ਸਲਾਹ ਕਰ ਰਹੇ ਹਾਂ। ਜਦੋਂ ਓਪਨ ਹੋਊਗੇ ਅਸੀਂ ਤੁਹਾਨੂੰ 2-4 ਦਿਨ ਪਹਿਲਾਂ ਹੀ ਵੀਡੀਓ ਬਣਾ ਕੇ ਦੱਸ ਦੇਵਾਂਗੇ। ਕਿਸੇ ਨੂੰ ਪੈਸਾ ਪਲੀਸ ਨਾ ਦਿਉ, ਆਪਣੇ ਪੈਸੇ ਨਾ ਖਰਾਬ ਇੱਦਾਂ ਕਰਿਆ ਕਰੋ ਅੰਨੇ ਵਾਹ। ਅਤੇ ਕਿਉਂਕਿ ਮੈਂ ਦੇਖੋ, ਮੈਂ ਇਹ ਚੀਜ਼ ਸੋਚਦਾ ਹਾਂ 20-25 ਲੱਖ ਰੁਪਈਆ ਲਾ ਕੇ ਇੰਗਲੈਂਡ ਦੇ ਵਿੱਚ, ਇੰਗਲੈਂਡ ਜਾਂ ਕਨੇਡਾ, ਇਹਨਾਂ ਦੋ ਕੰਟਰੀਆਂ 'ਚ ਅੱਜ ਕੱਲ੍ਹ ਆਉਣਾ ਬੇਕੂਫੀ ਆ। ਇੱਕ ਤਾਂ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਆ, ਹੱਦ ਤੋਂ ਜ਼ਿਆਦਾ। ਮੈਂ ਲਾਸਟ ਵਿੱਚ ਇੱਕ ਛੋਟੀ ਜਿਹੀ ਵੀਡੀਓ ਪਾਊਂਗਾ, ਉੱਥੋਂ ਤੁਹਾਨੂੰ ਆਈਡੀਆ ਹੋ ਜਾਊਗਾ ਕਿੰਨੀ ਜ਼ਿਆਦਾ ਮਹਿੰਗਾਈ ਹੋ ਗਈ ਆ। ਉਹ ਵੀਡੀਓ ਦੇਖ ਲਿਓ ਲਾਸਟ ਵਿੱਚ। ਅਤੇ ਦੂਸਰਾ, ਇੱਥੇ ਲੋਕ ਜੋਬਲੈਸ ਬਹੁਤ ਹੋ ਰਹੇ, ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ। ਹਮੇਸ਼ਾ ਨਹੀਂ ਇੱਦਾਂ ਰਹਿੰਦਾ ਹੁੰਦਾ, ਸਾਲ ਕੁ ਹੋ ਗਿਆ ਚੀਜ਼ ਚੱਲਦੀ ਨੂੰ, 2-3 ਸਾਲ ਹੋਰ ਰਹੂਗੀ। ਇਹ ਨਹੀਂ ਕਿ ਹਮੇਸ਼ਾ ਇੱਦਾਂ ਹੀ ਰਹਿਣਾ ਆ, ਇਹ ਅਪ ਡਾਊਨ ਹਰ ਇੱਕ ਕੰਟਰੀ 'ਤੇ ਆਉਂਦਾ ਰਹਿੰਦਾ ਆ। ਅਤੇ ਲੋਕ ਜੋਬਲੈਸ ਬਹੁਤ ਹੋ ਰਹੇ ਆ, ਲੋਕ ਪੈਸੇ ਨਹੀਂ ਪੂਰੇ ਦੇ ਰਹੇ, ਸੈਲਰੀਆਂ ਨਹੀਂ ਪੂਰੀਆਂ ਭਰ ਰਹੇ। ਆਹ ਟਾਈਮ ਮਾੜਾ ਚੱਲਦਾ ਆ, ਆਉਣ ਵਾਲਾ ਟਾਈਮ ਇੱਦੋਂ ਵੀ ਵਧੀਆ ਹੋ ਜਾਵੇ ਕੀ ਪਤਾ, ਹੈ ਨਾ। ਕਿਉਂਕਿ ਕੰਟਰੀ ਹੁਣ ਸਟੈਂਡ ਕਰ ਰਹੀ ਆ, ਅਤੇ ਇਸ ਕਰਕੇ ਜ਼ਿਆਦਾ ਪੈਸਾ ਲਾ ਕੇ ਨਾ ਆਓ, ਨੋਰਮਲ ਆਓ। ਬਾਕੀ ਥੈਂਕ ਯੂ ਸਾਰੇ ਭੈਣ ਭਰਾ ਨੂੰ, ਸਤਿ ਸ਼੍ਰੀ ਅਕਾਲ। ਇੱਕ ਛੋਟੀ ਜਿਹੀ ਵੀਡੀਓ ਆ, ਦੇਖ ਕੇ ਜਾਇਓ ਕਿ ਕਿੰਨੀ ਜ਼ਿਆਦਾ ਮਹਿੰਗਾਈ ਹੈ ਇੱਥੇ, ਲੋਕ ਕਿਸ ਤਰ੍ਹਾਂ ਤੰਗੀ ਦੇ ਵਿੱਚ ਰਹਿੰਦੇ, ਤੁਹਾਨੂੰ ਆਈਡੀਆ ਹੋ ਜਾਊਗਾ। ਇੰਗਲੈਂਡ ਦੇ ਵਿੱਚ ਦੋਸਤੋ ਮਹਿੰਗਾਈ ਦਾ ਹਾਲ ਆ, ਮੈਂ ਮੂਲੀਆਂ ਲੈਣ ਆਇਆ ਸੀਗਾ ਅਤੇ ਇੰਡੀਆ ਨਾਲੋਂ ਬਹੁਤ ਜ਼ਿਆਦਾ ਦੁੱਗਣੀ ਮਹਿੰਗਾਈ ਇੰਗਲੈਂਡ ਦੇ ਵਿੱਚ ਹੋ ਗਈ ਆ। ਇਹ ਦੇਖੋ, 2 ਪੌਂਡ ਦੀ ਇੱਕ ਮੁੱਲੀ ਆ, 2 ਪੌਂਡ ਦੀ ਇੱਕ ਮੁੱਲੀ, ਇੰਡੀਆ ਦੇ ਹਿਸਾਬ ਨਾਲ 200 ਰੁਪਏ ਦੀ ਇੱਕ ਮੁੱਲੀ, 200 ਰੁਪਏ ਦੀ ਇੱਕ ਮੁੱਲੀ ਇੰਡੀਆ ਦੇ ਹਿਸਾਬ ਨਾਲ। ਅਤੇ ਇਹ ਦੇਖ ਲਓ ਕਿੰਨਾ ਮਾੜਾ ਹਾਲ ਆ। ਹੁਣ ਇੰਡੀਆ ਦੇ ਵਿੱਚ 30-40 ਰੁਪਏ ਕਿਲੋ ਮੁੱਲੀ ਆ, ਅਤੇ ਉਹ 3-4 ਮੁੱਲੀਆਂ ਕਿਲੋ